ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦੇ ਐਲਾਨ ਕੀਤੇ ਗਏ ਨਤੀਜਿਆਂ ਤਹਿਤ ਐਵਰੈਸਟ ਪਬਲਿਕ ਸਕੂਲ ਗਿਆਸਪੁਰਾ ਦੀ ਵਿਦਿਆਰਥਣ ਕ੍ਰਿਸ਼ਮਾ ਵੱਲੋਂ 94.1% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕਰਨ ਦਾ ਮਾਣ ਹੀ ਨਹੀਂ ਪ੍ਰਾਪਤ ਕੀਤਾ ਸਗੋਂ ਆਪਣੇ ਪਰਿਵਾਰ ਦਾ ਨਾਮ ਵੀ ਰੋਸ਼ਨ ਕੀਤਾ। ਇਸੇ ਤਰ੍ਹਾਂ ਹੀ ਸਕੂਲ ਦੀ ਵਿਦਿਆਰਥਣ ਅੰਚਲ ਵੱਲੋਂ 92% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਰਜਿੰਦਰ ਸ਼ਰਮਾ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਸਿਹਰਾ ਸਕੂਲ ਦੀ ਮੈਨੇਜਮੈਂਟ, ਅਧਿਆਪਕ ਅਤੇ ਬੱਚਿਆਂ ਨੂੰ ਜਾਂਦਾ, ਜਿਨ੍ਹਾਂ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਇੰਨਾ ਵੱਡਾ ਮਾਣ ਪ੍ਰਾਪਤ ਕੀਤਾ। ਆਜ ਐਵਰੇਜ ਸਕੂਲ ਗਿਆਸਪੁਰਾ ਕੇ ਬੱਚੋਂ ਨੇ ਜੋ ਰਿਕਾਰਡ ਸੈੱਟ ਕੀਆ ਪਿਛਲਾ, ਉਹ ਸਭੀ ਕੋ ਮੈਂ ਮੁਬਾਰਕਬਾਦ ਦਿੱਤਾ ਹੂੰ। ਜਿਸ ਮੇ ਸੇ 94.1% ਮਿਸ ਕ੍ਰਿਸ਼ਨਾ ਔਰ ਅੰਚਲ ਸੈਕਿੰਡ 92.1 ਐਂਡ ਨਿਤਿਸ਼ 90% ਨੰਬਰ ਲੈ ਕੇ, ਔਰ ਟੋਟਲ ਜਿਹੜਾ ਸਕੂਲ ਕਾ ਰਿਜ਼ਲਟ ਹੈ 100% ਆਇਆ। ਮੈਂ ਸਭੀ ਪੇਰੈਂਟਸ ਕੋ ਔਰ ਬੱਚੋਂ ਕੋ ਔਰ ਸਟਾਫ ਮੈਂਬਰ ਕੋ ਜਿਨਕੀ ਬਦੌਲਤ, ਜਿਨਕੀ ਐਫਰਟਸ ਕੇ ਦੁਆਰਾ ਇਹ ਬੱਚੋਂ ਨੇ 4 ਚੰਨ ਸਕੂਲ ਕੋ ਲਗਾਇਆ ਹੈ, ਆਪਣੇ ਮਾਂ ਬਾਪ ਕਾ ਨਾਂ ਰੋਸ਼ਨ ਕੀਆ ਹੈ ਔਰ ਪਿਛਲਾ ਜੋ ਰਿਕਾਰਡ ਹੈ ਉਸਕੋ ਮੇਨਟੇਨ ਕੀਆ ਹੈ। ਮੈਂ ਸਭੀ ਕੋ ਮੁਬਾਰਕਬਾਦ ਔਰ ਕੰਗਰੈਚੁਲੇਸ਼ਨ ਭੇਜਤਾ ਹੂੰ, ਪੇਰੈਂਟਸ ਕੋ ਵੀ। ਇਸੀ ਤਰ੍ਹਾਂ ਹੀ ਆਗੇ ਸਮੇਂ ਮੇਂ ਵੀ ਜੇ ਆਪਣੇ ਸਕੂਲ ਕਾ ਨਾਮ ਰੋਸ਼ਨ ਕਰੇਂਗੇ। ਧੰਨਵਾਦ। ਐਵਰੇਜ ਸਕੂਲ ਦੇ ਅਲੱਗ ਅਲੱਗ ਸ਼ਾਖਾ ਦੇ ਵਿੱਚੋਂ ਐਵਰੇਜ ਸਕੂਲ ਗਿਆਸਪੁਰਾ ਦਾ ਰਿਜ਼ਲਟ ਡਿਕਲੇਅਰ ਹੋਇਆ ਪੰਜਾਬ ਸਕੂਲ ਸਿੱਖਿਆ ਦੇ ਬੋਰਡ। ਬੱਚਿਆਂ ਨੇ ਹਮੇਸ਼ਾ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਿੱਖਿਆ ਦਾ ਮੁਨਾਰੇ ਨੂੰ ਉੱਤੇ ਲੈ ਕੇ ਜਾਂਦੇ ਹੋਏ 94% ਦੇ ਕੋਲ ਬੱਚੇ ਨੰਬਰ ਲੈ ਕੇ ਗਏ ਅਤੇ ਸਾਡੇ ਟੋਟਲ 26 ਦੇ ਕੋਲ ਸਟੂਡੈਂਟ 80 ਤੋਂ 94 ਦੇ ਵਿੱਚ ਨੰਬਰ ਲੈ ਕੇ ਗਏ। ਮੈਂ ਸਾਰੇ ਪੇਰੈਂਟਸ ਸਬੰਧ ਦਾ, ਟੀਚਰ ਸਬੰਧ ਦਾ ਇਸ ਖੁਸ਼ੀ ਦੀ ਮੂਵਮੈਂਟ ਦੇ ਉੱਤੇ ਵਧਾਈ ਦਿੰਦਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।